ਕਿ ਜਦੋਂ ਖਾਸ ਕਰਕੇ ਜੱਟ ਸਿੱਖ ਫੈਮਿਲੀ ਦੀ ਇੱਕ ਧੀ ਪੈਦਾ ਹੁੰਦੀ ਹੈ ਨਾ, ਤਾਂ ਮੈਂ ਉਹਨਾਂ ਦੀਆਂ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਰੋਂਦੇ ਹੋਏ ਦੇਖਿਆ ਹੋਸਪਿਟਲ ਦੇ ਵਿੱਚ। ਇਹ ਅੱਖੀ ਦੇਖੀ ਚੀਜ਼ ਹੈ। ਜਦੋਂ ਜੋਬਨ ਹੋਈ ਸੀਗੀ ਉਦੋਂ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਘਰ ਦੇ ਵਿੱਚ? ਜੇ ਸੱਚ ਪੁੱਛੋ ਮੈਂ ਇਹ ਕਹਿੰਦੀ ਹਾਂ ਵੀ ਮੇਰੇ ਦੋ ਧੀਆਂ ਹੋਣੀਆਂ ਸੀ। ਹਾਂ ਸੱਚੀ ਕਹਿੰਦੀ ਹਾਂ ਵੀ ਜਿਹੜੀ ਇਹ ਬੱਚੀ ਹੈ ਇਹ ਵੀ ਕਹਿੰਦੀ ਹੈ ਵੀ ਮੇਰੇ ਇੱਕ ਭੈਣ ਹੋਣੀ ਸੀ। ਮੈਂ ਬਾਬੇ ਨਾਨਕ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੀ ਹਾਂ, ਸੱਚੀ ਕਹਿੰਦੀ ਹੈ ਮੇਰੀ ਧੀ ਮੇਰੀ ਭੈਣ ਹੋਣੀ ਸੀ। ਮੰਮਾ ਇੱਕ ਅਸੀਂ ਡਿਸਕਸ਼ਨ ਕਰਦੇ ਹਾਂ ਕੋਈ ਚੀਜ਼ ਜਿਹੜੀ ਤੁਹਾਡੇ ਨਾਲ ਨਹੀਂ ਕਰਦੇ। ਅਸੀਂ ਖੁਸ਼ ਹੁੰਦੇ, ਅਸੀਂ ਹੱਸਦੇ, ਅਸੀਂ ਖੇਡਦੇ, ਛਾਲਾਂ ਮਾਰਦੇ। ਸਾਡੇ ਘਰ 'ਚ ਬਹੁਤ ਖੁਸ਼ੀ ਦਾ ਮਾਹੌਲ ਸੀ ਉਸ ਟਾਈਮ ਜਦੋਂ ਸਾਡੇ ਘਰ ਇਸ ਬੱਚੀ ਨੇ ਜਨਮ ਲਿਆ। ਔਰ ਜਦੋਂ ਇਹਦਾ ਜਨਮ ਹੋਇਆ ਨਾਲ ਇਹਦੇ ਇੱਕ ਲੜਕਾ ਪੈਦਾ ਹੋਇਆ ਸੀ, ਉਹ ਫੈਮਿਲੀ ਵੀ ਸਾਡੀ ਨੋਨ ਸੀ। ਉਹਨਾਂ ਨੇ ਮਤਲਬ ਉਸ ਵਕਤ ਉੱਥੇ ਕਿਸੇ ਨੂੰ ਲੱਡੂ ਵੀ ਨਹੀਂ ਖਵਾਏ, ਜਦਕਿ ਅਸੀਂ ਮਤਲਬ ਸਾਡਾ ਇਹ ਸੀਗਾ ਅਸੀਂ ਉੱਥੇ ਬਰਫੀ ਦੇ ਖੋਏ ਦੇ ਜਿਹੜੇ ਪੇੜੇ ਸੀਗੇ ਅਸੀਂ ਉਹ ਖਵਾਏ ਗਏ। ਡਾਕਟਰ ਵੀ ਮੰਨ ਗਈ ਕਿ ਕਿਆ ਬਾਤ ਆ ਵੀ ਮੁੰਡੇ ਵਾਲਿਆਂ ਨੇ ਤਾਂ ਇੱਥੇ ਕੁਛ ਵੀ ਨਹੀਂ ਕੀਤਾ। ਇਕੱਲੀ ਇਕੱਲੀ ਨਰਸ ਨੂੰ ਅਸੀਂ ਸ਼ਗਨ ਦਿੱਤਾ ਔਰ ਇਹਦੀ ਮਤਲਬ ਅਸੀਂ ਖੁਸ਼ੀ ਮਨਾਈ, ਕਿਉਂਕਿ ਅਸੀਂ ਚਾਰ ਬ੍ਰਦਰ ਸੀਗੇ, ਸਾਡੇ ਲੜਕੀ ਹੈ ਨਹੀਂ ਸੀ, ਭੈਣ ਹੈ ਨਹੀਂ ਸੀ। ਔਰ ਸਾਡਾ ਮਤਲਬ ਇਹ ਸੀਗਾ, ਸਾਡੀ ਮਾਤਾ ਦਾ ਇਹ ਹੁੰਦਾ ਸੀ, ਸਾਡੇ ਪਿਤਾ ਜੀ ਦਾ ਵੀ ਇਹ ਹੁੰਦਾ ਸੀ ਵੀ ਇੱਕ ਲੜਕੀ ਸਾਡੇ ਪਰਿਵਾਰ 'ਚ ਆਵੇ। ਤਾਂ ਉਹ ਲੜਕੀ ਇਹ ਸਾਡੇ ਪਰਿਵਾਰ 'ਚ ਆਈ, ਪਰ ਸਾਨੂੰ ਖੁਸ਼ੀ ਵੀ ਆ, ਮਾਣ ਮਹਿਸੂਸ ਕਰਦੇ ਹਾਂ, ਸਾਰੀ ਫੈਮਿਲੀ ਮਾਣ ਮਹਿਸੂਸ ਕਰਦੀ ਆ ਔਰ ਸਾਡੀ ਜਿਹੜੀ ਪੀੜ੍ਹੀ ਆ ਇਹਨੇ ਬਦਲਤੀ। ਛੋਟੇ ਹੁੰਦੇ ਤੋਂ ਹੀ ਇੱਕ ਸੀਗਾ ਮਾਇੰਡ ਦੇ ਵਿੱਚ ਕਿ ਸਿਵਲ ਸਰਵਿਸਿਜ਼ ਵੱਲ ਜਾਣਾ। ਸੋ ਪਲੱਸ ਵਨ ਪਲੱਸ ਟੂ ਦੇ ਵਿੱਚ ਬਟ ਸਲੋਲੀ ਲਾਈਕ ਐਵੇਂ ਹੋਇਆ ਕਿ ਲੋਅ ਸਬਜੈਕਟਸ ਦੇ ਵਿੱਚ ਕਾਫੀ ਇੰਟਰਸਟ ਗੇਨ ਹੋ ਗਿਆ। ਐਂਡ ਇੱਕ ਨੋਨ ਰਿਲੇਟਿਵ ਸੀਗੇ, ਉਹ ਵੀ ਜੁਡੀਸ਼ਲ ਆਫਿਸਰ ਨੇ, ਉਹਨਾਂ ਨਾਲ ਗੱਲਬਾਤ ਹੋਈ ਤਾਂ ਹੋਰ ਜ਼ਿਆਦਾ ਮੋਟੀਵੇਟ ਹੋ ਗਈ ਕਿ ਹੈ ਨਾ ਤੁਸੀਂ ਵੀ ਕਰ ਸਕਦੇ ਹੋ ਇਹ ਚੀਜ਼। ਸੋ ਇੱਧਰ ਇੰਟਰਸਟ ਪੈ ਗਿਆ ਐਂਡ ਫਿਰ ਬਸ ਸੋਚ ਲਿਆ ਸੀਗਾ ਕਿ ਜੁਡੀਸ਼ਲ ਆਫਿਸਰ ਬਣਨਾ ਐਂਡ ਇੱਧਰ ਮੈਂ ਇੱਧਰ 'ਤੇ ਵਰਕ ਕਰਾਂ। ਬਹੁਤ ਨੋਰਮਲ ਜੀ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਮੈਂ, ਬਟ ਸਾਰੀ ਫੈਮਿਲੀ ਨੇ ਬਹੁਤ ਹੀ ਜ਼ਿਆਦਾ ਸਪੋਰਟ ਕੀਤਾ। ਮੇਰੇ ਫਾਦਰ, ਮਦਰ, ਮੇਰੇ ਤਾਇਆ ਜੀ, ਚਾਚਾ ਜੀ, ਇੱਕ ਚਾਚਾ ਜੀ ਅਬਰੋਡ ਨੇ, ਇੱਕ ਇੱਥੇ ਨੇ, ਸਭ ਨੇ ਮੈਨੂੰ ਬਹੁਤ ਸਪੋਰਟ ਕੀਤਾ। ਮੈਮ ਮੈਂ ਇਹ ਕਹੂੰਗੀ ਕਿ ਲਾਈਕ ਨੰਬਰ ਆਫ ਆਰਸ ਮੈਟਰ ਨਹੀਂ ਕਰਦੇ ਇੰਨੇ ਜ਼ਿਆਦਾ, ਬਸ ਇਹ ਹੈ ਕਿ ਤੁਸੀਂ ਕੰਸਿਸਟੈਂਟ ਰਹੋ। ਲਾਈਕ ਮੈਂ ਮੇਰਾ ਇਹ ਏਮ ਸੀਗਾ ਕਿ ਮੈਂ ਹਰ ਰੋਜ਼ 8 to 10 ਆਰਸ ਤਾਂ ਦਵਾਂ ਹੀ ਦਵਾਂ ਆਪਦੀ ਸਟੱਡੀ ਲਈ। ਐਂਡ ਕਦੇ ਜ਼ਿਆਦਾ ਵੀ ਹੋ ਜਾਂਦੇ ਸੀ, 11 ਆਰਸ ਵੀ ਹੋ ਜਾਂਦੇ ਸੀ, 12 ਵੀ ਹੋ ਜਾਂਦੇ ਸੀਗੇ, ਬਟ ਲਾਈਕ ਇਟ ਵਾਸ ਕਿ ਮੈਂ ਕੰਸਿਸਟੈਂਟ ਰਹਿਣਾ। ਐਵੇਂ ਨਹੀਂ ਆ ਕਿ ਇੱਕ ਦੋ ਦਿਨ ਪੜ੍ਹ ਲਓ ਹੈ ਨਾ, ਜ਼ਿਆਦਾ ਪੜ੍ਹ ਲਓ ਫਿਰ ਉਸ ਤੋਂ ਬਾਅਦ ਬਿਲਕੁਲ ਹੀ ਸਕਿੱਪ ਕਰ ਦਿਓ। ਔਰ ਜਦੋਂ ਤੁਸੀਂ ਆਪਣੇ ਆਪ ਨੂੰ ਇੱਕ ਜੱਜ ਦੀ ਕੁਰਸੀ 'ਤੇ ਬੈਠੇ ਹੋਏ ਦੇਖਦੇ ਹੋ ਤਾਂ ਜਿਹੜਾ ਜਸਟਿਸ ਡਿਲੀਵਰ ਕਰਨ ਦਾ ਮੋਟਿਵ ਰਹੇਗਾ ਤੁਹਾਡਾ, ਉਹ ਫਿਰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਹਾਂਜੀ ਮੈਮ, ਮੇਰਾ ਇਹੀ ਏਮ ਆ ਕਿ ਮੈਂ ਜਸਟਿਸ ਡਿਲੀਵਰ ਕਰਾਂ ਹੈ ਨਾ, ਪਾਰਟੀਜ਼ ਨੂੰ ਪ੍ਰੋਪਰ ਸੁਣਿਆ ਜਾਵੇ ਐਂਡ ਜਿੱਥੋਂ ਤੱਕ ਲੋਕ ਮੈਥੋਂ ਉਮੀਦ ਕਰਨ ਉਹਨਾਂ ਦੀਆਂ ਮੈਂ ਉਮੀਦਾਂ 'ਤੇ ਖਰੀ ਉਤਰਾਂ। ਮੇਰੀ ਇਹੀ ਕੋਸ਼ਿਸ਼ ਰਹੂਗੀ ਐਂਡ ਆਈਲ ਟਰਾਈ ਕਿ ਮੈਂ ਆਪਦਾ ਬੈਸਟ ਦੇਵਾਂ, ਇਸ ਇੰਸਟੀਟਿਊਸ਼ਨ ਨੂੰ ਸਰਵ ਕਰਾਂ। ਦੀਵਾਲੀ ਹਜੇ ਦੂਰ ਹੈ ਪਰ ਪੰਜਾਬ ਦੇ ਵਿੱਚ ਅੱਜ ਕੱਲ੍ਹ ਦੀਵਾਲੀ ਵਰਗਾ ਹੀ ਮਾਹੌਲ ਹੈ, ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਦੀਆਂ ਮਾਣਮੱਤੀਆਂ ਜਿਹੜੀਆਂ ਧੀਆਂ ਨੇ ਉਹਨਾਂ ਨੇ ਬੜਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਨੂੰ ਜੇ ਚਾਂਸ ਦਿੱਤਾ ਉਹਨਾਂ ਦੇ ਪੇਰੈਂਟਸ ਨੇ, ਉਹਨਾਂ ਦੇ ਟੀਚਰਸ ਨੇ, ਤਾਂ ਅੱਜ ਉਹ ਜੱਜ ਬਣੀਆਂ ਨੇ। PCS ਜੁਡੀਸ਼ਰੀ ਦੇ ਤੁਸੀਂ ਜਾਣਦੇ ਹੀ ਹੋ ਕਿ ਜਿਹੜੇ ਰਿਜ਼ਲਟਸ ਨੇ ਉਹ ਹਾਲੇ ਦੇ ਵਿੱਚ ਨਸ਼ਰ ਹੋਏ ਨੇ ਔਰ ਉਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਲੜਕੀਆਂ ਨੇ ਬਹੁਤ ਹੀ ਮਾਣ ਵਧਾਇਆ ਹੈ ਸਾਡੇ ਸਾਰਿਆਂ ਦਾ। ਅਤੇ ਇੱਕ ਅਜਿਹੀ ਧੀ ਦੇ ਨਾਲ ਮੈਂ ਮੌਜੂਦ ਹਾਂ ਜੋ ਕਿ ਓਨਲੀ ਚਾਈਲਡ ਹੈ ਆਪਣੇ ਪੇਰੈਂਟਸ ਦੀ, ਅਤੇ ਮੇਰੇ ਨਾਲ ਹਰਜੋਬਨ ਗਿੱਲ ਮੌਜੂਦ ਨੇ, ਉਹਨਾਂ ਦੇ ਮਦਰ, ਉਹਨਾਂ ਦੇ ਪਿਤਾ ਜੀ ਮੇਰੇ ਨਾਲ ਮੌਜੂਦ ਨੇ ਇਸ ਵੇਲੇ, ਮੈਂ ਉਹਨਾਂ ਦੇ ਘਰ ਮੌਜੂਦ ਹਾਂ। ਅਤੇ ਹਰਜੋਬਨ ਓਨਲੀ ਡਾਟਰ ਐਜ਼ ਆਈ ਟੋਲਡ ਯੂ ਆਪਣੇ ਪੇਰੈਂਟਸ ਦੀ, ਔਰ ਨੈਚੁਰਲੀ ਇੱਕ ਬੱਚੇ ਦੇ ਉੱਪਰ ਇਹ ਰਿਸਪੋਂਸੀਬਿਲਟੀ ਹੁੰਦੀ ਹੈ ਕਿ ਮੇਰੇ ਪੇਰੈਂਟਸ ਨੂੰ ਬੜੀਆਂ ਉਮੀਦਾਂ ਨੇ ਮੇਰੇ ਤੋਂ ਅਤੇ ਮੈਂ ਉਹਨਾਂ ਨੂੰ ਜਿਹੜਾ ਹੈਗਾ ਪੂਰਾ ਕਰਨਾ। ਗੱਲਬਾਤ ਕਰਦੇ ਹਾਂ ਹਰਜੋਬਨ ਦੇ ਨਾਲ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ। ਥੈਂਕ ਯੂ ਮੈਮ, ਥੈਂਕ ਯੂ ਸੋ ਮਚ। ਅੱਛਾ, ਸਿੰਕ ਇਨ ਹੋਪ ਆਏ ਹੋ ਕਿ ਐਗਜ਼ਾਮ ਜਿਹੜਾ ਕਲੀਅਰ ਹੋ ਗਿਆ, ਕਿਉਂਕਿ ਕਾਫੀ ਚੈਲੇਂਜਿੰਗ ਤਾਂ ਹੁੰਦਾ ਹੀ ਹੈ ਨਾ ਜੀ, ਅਤੇ ਕਿਵੇਂ ਲੱਗ ਰਿਹਾ ਤੁਹਾਨੂੰ?
ਫਿਲਹਾਲ ਤਾਂ ਆਲਦੋ ਮੈਨੂੰ ਐਕਸਪੈਕਟਿਡ ਸੀਗਾ ਕਿ ਮੈਂ ਕਰ ਪਾਉਂਗੀ, ਬਟ ਹਜੇ ਡਾਈਜੈਸਟ ਹੋਣ ਲਈ ਥੋੜ੍ਹਾ ਟਾਈਮ ਲੱਗ ਰਿਹਾ ਕਿ ਫਾਈਨਲੀ ਹੋ ਗਈ ਸਿਲੈਕਸ਼ਨ, ਐਂਡ ਬਹੁਤ ਖੁਸ਼ੀ ਹੈ, ਬਹੁਤ ਖੁਸ਼ੀ ਹੈ ਉਸ ਵਾਹਿਗੁਰੂ ਦਾ ਸ਼ੁਕਰ ਹੈ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਜੀ। ਅੱਛਾ, ਤੁਸੀਂ ਦੱਸੋ ਕਿ ਤੁਹਾਡੀ ਫੈਮਿਲੀ ਦੇ ਵਿੱਚੋਂ ਪਹਿਲਾਂ ਵੀ ਕੋਈ ਜੁਡੀਸ਼ੀਅਲ ਸਰਵਿਸਿਜ਼ ਦੇ ਵਿੱਚ ਹੈਗਾ, ਜਾਂ ਤੁਸੀਂ ਪਹਿਲੇ ਐਡਵੋਕੇਟ ਅਤੇ ਪਹਿਲੇ ਜੱਜ ਬਣ ਜਾ ਰਹੇ ਹੋ? ਨਹੀਂ ਮੈਮ, ਫੈਮਿਲੀ 'ਚ ਕੋਈ ਵੀ ਨਹੀਂ ਆ, ਮੈਂ ਫਸਟ ਜਨਰੇਸ਼ਨ ਲਾਇਰ ਸੀ ਐਂਡ ਹੁਣ ਮਤਲਬ ਫਸਟ ਮੈਂਬਰ ਹਾਂ ਜੋ ਜੱਜ ਬਣ ਰਹੀ ਹਾਂ। ਆਪਣੀ ਫੈਮਿਲੀ ਦੇ ਬਾਰੇ ਦੱਸੋ ਤੁਸੀਂ ਕਿ ਫੈਮਿਲੀ ਬੈਕਗਰਾਊਂਡ ਕੀ ਹੈ ਔਰ ਕਿਸ ਚੀਜ਼ ਨੇ ਤੁਹਾਨੂੰ ਇੰਸਪਾਇਰ ਕੀਤਾ ਇਹ ਕੰਪੀਟੀਸ਼ਨ ਜਿਹੜਾ ਹੈਗਾ ਇਹ ਐਗਜ਼ਾਮ ਕਰਨ ਦੇ ਲਈ? ਮੈਮ ਬਹੁਤ ਨੋਰਮਲ ਜੀ ਫੈਮਿਲੀ ਤੋਂ ਬਿਲੋਂਗ ਕਰਦੀ ਹਾਂ ਮੈਂ, ਬਟ ਸਾਰੀ ਫੈਮਿਲੀ ਨੇ ਬਹੁਤ ਹੀ ਜ਼ਿਆਦਾ ਸਪੋਰਟ ਕੀਤਾ, ਮੇਰੇ ਫਾਦਰ, ਮਦਰ, ਮੇਰੇ ਤਾਇਆ ਜੀ, ਚਾਚਾ ਜੀ, ਇੱਕ ਚਾਚਾ ਜੀ ਅਬਰੋਡ ਨੇ, ਇੱਕ ਇੱਥੇ ਨੇ, ਸਭ ਨੇ ਮੈਨੂੰ ਬਹੁਤ ਸਪੋਰਟ ਕੀਤਾ ਐਂਡ ਛੋਟੇ ਹੁੰਦੇ ਤੋਂ ਹੀ ਇੱਕ ਸੀਗਾ ਮਾਇੰਡ ਦੇ ਵਿੱਚ ਕਿ ਸਿਵਲ ਸਰਵਿਸਿਜ਼ ਵੱਲ ਜਾਣਾ। ਸੋ ਪਲੱਸ ਵਨ ਪਲੱਸ ਟੂ ਦੇ ਵਿੱਚ ਬਟ ਸਲੋਲੀ ਲਾਈਕ ਐਵੇਂ ਹੋਇਆ ਕਿ ਲੋਅ ਸਬਜੈਕਟਸ ਦੇ ਵਿੱਚ ਕਾਫੀ ਇੰਟਰਸਟ ਗੇਨ ਹੋ ਗਿਆ ਐਂਡ ਇੱਕ ਨੋਨ ਰਿਲੇਟਿਵ ਸੀਗੇ ਉਹ ਵੀ ਜੁਡੀਸ਼ੀਅਲ ਆਫਿਸਰ ਨੇ, ਉਹਨਾਂ ਨਾਲ ਗੱਲਬਾਤ ਹੋਈ ਤਾਂ ਹੋਰ ਜ਼ਿਆਦਾ ਮੋਟੀਵੇਟ ਹੋ ਗਈ ਕਿ ਹੈ ਨਾ ਤੁਸੀਂ ਵੀ ਕਰ ਸਕਦੇ ਹੋ ਇਹ ਚੀਜ਼। ਸੋ ਇੱਧਰ ਇੰਟਰਸਟ ਪੈ ਗਿਆ ਐਂਡ ਫਿਰ ਬਸ ਸੋਚ ਲਿਆ ਸੀਗਾ ਕਿ ਜੁਡੀਸ਼ੀਅਲ ਆਫਿਸਰ ਬਣਨਾ ਐਂਡ ਇੱਧਰ ਮੈਂ ਇਹਦੇ 'ਤੇ ਵਰਕ ਕਰਾਂ। ਅੱਛਾ, ਕਿੰਨੇ ਘੰਟੇ, ਸਭ ਤੋਂ ਜਿਹੜੀ ਗੱਲ ਹੁੰਦੀ ਹੈ ਨਾ ਜਦੋਂ ਕੋਈ ਐਗਜ਼ਾਮ ਕਲੀਅਰ ਕਰ ਜਾਂਦਾ ਤਾਂ ਉਹਦੇ ਉੱਪਰ ਨਿਗਾਹਾਂ ਹੁੰਦੀਆਂ ਨੇ ਸਭ ਦੀਆਂ, ਅਤੇ ਉਹ ਇਹੀ ਸੋਚਣਾ ਚਾਹੁੰਦਾ ਹੁੰਦਾ, ਹਰ ਕੋਈ ਇਹੀ ਜਾਣਨਾ ਚਾਹੁੰਦਾ ਹੁੰਦਾ ਜੋ ਸਾਡੇ ਵਿਊਅਰਸ ਹੈ ਕਿ ਸਕਸੈਸ ਸਟੋਰੀ ਕੀ ਹੈ। ਕਿੰਨੇ ਘੰਟੇ ਤੁਸੀਂ ਆਪਣੀ ਸਟੱਡੀਜ਼ ਨੂੰ ਦਿੰਦੇ ਸੀਗੇ ਔਰ ਕਿਸ ਤਰ੍ਹਾਂ ਜਿਹੜੇ ਨੋਟਸ ਵਗੈਰਾ ਤੁਸੀਂ ਬਣਾਉਂਦੇ ਸੀਗੇ, ਕਿਸ ਕਿਸ ਦੀ ਤੁਹਾਨੂੰ ਹੈਲਪ ਲਈ, ਕਿੱਥੋਂ ਤੁਸੀਂ ਕੋਚਿੰਗ ਲਈ? ਹਾਂਜੀ ਮੈਮ, ਮੈਂ ਇਹ ਕਹੂੰਗੀ ਕਿ ਲਾਈਕ ਨੰਬਰ ਆਫ ਆਰਸ ਮੈਟਰ ਨਹੀਂ ਕਰਦੇ ਇੰਨੇ ਜ਼ਿਆਦਾ, ਬਸ ਇਹ ਹੈ ਕਿ ਤੁਸੀਂ ਕੰਸਿਸਟੈਂਟ ਰਹੋ। ਲਾਈਕ ਮੈਂ, ਮੇਰਾ ਇਹ ਏਮ ਸੀਗਾ ਕਿ ਮੈਂ ਹਰ ਰੋਜ਼ 8 to 10 ਆਰਸ ਤਾਂ ਦਵਾਂ ਹੀ ਦਵਾਂ ਆਪਦੀ ਸਟੱਡੀ ਲਈ, ਐਂਡ ਕਦੇ ਜ਼ਿਆਦਾ ਵੀ ਹੋ ਜਾਂਦੇ ਸੀ, 11 ਆਰਸ ਵੀ ਹੋ ਜਾਂਦੇ ਸੀ, 12 ਵੀ ਹੋ ਜਾਂਦੇ ਸੀਗੇ, ਬਟ ਲਾਈਕ ਇਟ ਵਾਸ ਕਿ ਮੈਂ ਕੰਸਿਸਟੈਂਟ ਰਹਿਣਾ, ਐਵੇਂ ਨਹੀਂ ਆ ਕਿ ਇੱਕ ਦੋ ਦਿਨ ਪੜ੍ਹ ਲਓ ਹੈ ਨਾ, ਜ਼ਿਆਦਾ ਪੜ੍ਹ ਲਓ ਫਿਰ ਉਸ ਤੋਂ ਬਾਅਦ ਬਿਲਕੁਲ ਹੀ ਸਕਿੱਪ ਕਰ ਦਿਉ ਕਿ ਹਾਂਜੀ ਹੁਣ ਬ੍ਰੇਕ ਲੈ ਰਹੇ ਹਾਂ, ਇਹ ਚੀਜ਼ ਨੂੰ ਮੈਂ ਬਹੁਤ ਅਵੋਇਡ ਕੀਤਾ, ਕੰਸਿਸਟੈਂਟ ਰਹੀ ਹਾਂ ਆਪਦੇ ਐਫਰਟਸ ਨਾਲ। ਐਂਡ ਇਫ ਆਈ ਟੋਕ ਅਬਾਊਟ ਦ ਨੋਟਸ, ਦੈਨ ਹੈਂਡ ਰਿਟਨ ਨੋਟਸ ਸੀਗੇ ਸਾਰੇ, ਮੈਂ ਖੁਦ ਲਾਈਕ, ਹਾਂਜੀ ਮੈਮ, ਐਂਡ ਮੇਰੀ ਕੋਚਿੰਗ ਮੈਂ ਲਈ ਆ ਅਨਿਲ ਖੰਨਾ, IPS ਰਿਟਾਇਰਡ ਅਨਿਲ ਖੰਨਾ ਸਰ ਚੰਡੀਗੜ੍ਹ ਤੋਂ, ਉਹਨਾਂ ਤੋਂ ਕੋਚਿੰਗ ਲਈ ਆ, ਐਂਡ ਦੈਨ ਫੋਰ ਦ ਮੇਨਸ ਐਂਡ ਇੰਟਰਵਿਊ ਆਈ ਜੁਆਇੰਡ ਕੌਸ਼ਲਸ ਅਕੈਡਮੀ ਆਫ ਲਾਅ ਚੰਡੀਗੜ੍ਹ, ਉਹਨਾਂ ਨੇ ਬਹੁਤ ਸਪੋਰਟ ਕੀਤਾ, ਸਰ ਨੇ ਲਾਈਕ ਮੌਕ ਇੰਟਰਵਿਊਜ਼ 'ਚ ਵੀ ਕਹਿਣਾ ਕਿ ਬੇਟਾ ਤੁਸੀਂ ਜਦੋਂ ਵੀ ਤੁਹਾਨੂੰ ਠੀਕ ਲੱਗਦਾ ਤੁਸੀਂ ਆਓ ਮੌਕ ਇੰਟਰਵਿਊਜ਼ ਦਿਓ, ਐਂਡ ਇਹਦੇ ਨਾਲ ਤੁਹਾਡਾ ਕੌਨਫੀਡੈਂਸ ਬੂਸਟ ਹੋਊਗਾ, ਐਂਡ ਇਟ ਰੀਅਲੀ ਹੈਲਪ ਮੀ ਜੀ। ਬਾਕੀ ਆਈ ਵੁੱਡ ਸੇ ਕਿ ਹੈਂਡ ਰਿਟਨ ਨੋਟਸ ਤੁਹਾਨੂੰ ਬੈਸਟ ਹੁੰਦੇ ਨੇ, ਜੋ ਅਨਿਲ ਖੰਨਾ ਸਰ ਨੇ ਬਹੁਤ ਹੀ ਅੱਛੀ ਤਰ੍ਹਾਂ, ਉਹਨਾਂ ਦੀ ਟੀਮ ਨੇ, ਮੈਮ ਸੀਤਲ ਮੈਮ ਨੇ, ਸਭ ਨੇ ਬਹੁਤ ਅੱਛੀ ਬਹੁਤ ਅੱਛੇ ਪ੍ਰੋਵਾਈਡ ਕੀਤੇ, ਐਂਡ ਔਨਲਾਈਨ ਸੀ ਮੇਰੀ ਕੋਚਿੰਗ, ਸੋ ਉਸਨੇ ਵੀ ਮੈਨੂੰ ਬਹੁਤ ਬੈਨੀਫਿਟ ਕੀਤਾ, ਬਿਕੋਜ਼ ਔਫਲਾਈਨ ਦੇ ਵਿੱਚ ਥੋੜ੍ਹਾ ਥੋੜ੍ਹਾ ਟਾਈਮ ਵੇਸਟ ਵੀ ਹੁੰਦਾ ਹੈ ਨਾ ਆਉਣ ਜਾਣ ਦੇ ਵਿੱਚ, ਸੋ ਔਨਲਾਈਨ ਸੀਗੀ ਬਹੁਤ ਬੈਨੀਫਿਸ਼ੀਅਲ ਰਹੀ ਆ, ਐਂਡ ਦੈਟਸ ਇਟ। ਤੁਹਾਡਾ 37th ਰੈਂਕ ਆਇਆ, ਵਾਜ਼ ਇਟ ਯੂਅਰ ਫਸਟ ਅਟੈਂਪਟ? ਯੈਸ ਮੈਮ, ਮੇਰਾ ਪੰਜਾਬ ਦੇ ਵਿੱਚ ਫਸਟ ਅਟੈਂਪਟ ਸੀਗਾ ਇਹ, ਐਂਡ ਆਈ ਸਿਕਿਓਰ 37th ਰੈਂਕ। ਅੰਕਲ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗੀ ਕਿਉਂਕਿ ਜਿਹੜੇ ਫਾਦਰ ਹੁੰਦੇ ਨਾ ਉਹਨਾਂ ਦੀ ਬੜੀ ਅਟੈਚਮੈਂਟ ਹੁੰਦੀ ਹੈ ਆਪਣੀ ਡੌਟਰਸ ਦੇ ਨਾਲ, ਕਿਤੇ ਅੱਜ ਮਹਿਸੂਸ ਹੁੰਦਾ ਵੀ ਬੇਟਾ ਹੈ ਨਹੀਂ ਬੇਟੀ ਹੋ ਗਈ, ਕਿਤੇ ਇਹ ਤੁਹਾਨੂੰ ਮਹਿਸੂਸ ਹੁੰਦਾ? ਨਹੀਂ, ਕਦੇ ਵੀ ਨਹੀਂ ਹੋਇਆ ਜੀ, ਕਦੇ ਵੀ ਨਹੀਂ ਹੋਇਆ, ਨਾ ਹੋਵੇ ਅੱਗੇ ਵਾਸਤੇ, ਠੀਕ ਆ, ਕਦੇ ਵੀ ਨਹੀਂ ਹੋਇਆ, ਨਾ ਇਹ ਕਦੇ ਮਨ 'ਤੇ ਲਿਆਂਦਾ ਸੀਗਾ ਵੀ ਠੀਕ ਆ, ਜੋ ਪਰਮਾਤਮਾ ਨੇ ਸਾਨੂੰ ਮਤਲਬ ਭੇਜਿਆ ਉਹ ਅਸੀਂ ਮਨਜ਼ੂਰ ਕੀਤਾ। ਔਰ ਜਦੋਂ ਇਹਦਾ ਜਨਮ ਹੋਇਆ ਡਾਕਟਰ ਊਸ਼ਾ ਮੰਦਾਨ ਦੇ ਹੋਇਆ ਸੀਗਾ, ਉੱਥੇ ਨਾਲ ਇੱਕ ਬੋਰਨ ਇਹਦਾ 4/55 'ਤੇ ਇਹਦਾ ਸੁਬਹਾ ਦੇ ਟਾਈਮ 'ਚ ਬੋਰਨ ਹੋਇਆ, ਨਾਲ ਇਹਦੇ ਇੱਕ ਲੜਕਾ ਪੈਦਾ ਹੋਇਆ ਸੀ, ਉਹ ਫੈਮਿਲੀ ਵੀ ਸਾਡੀ ਨੋਨ ਸੀ, ਉਹਨਾਂ ਨੇ ਮਤਲਬ ਉਸ ਵਕਤ ਉੱਥੇ ਕਿਸੇ ਨੂੰ ਲੱਡੂ ਵੀ ਨਹੀਂ ਖਵਾਏ, ਜਦਕਿ ਅਸੀਂ ਮਤਲਬ ਸਾਡਾ ਇਹ ਸੀਗਾ ਅਸੀਂ ਉੱਥੇ ਬਰਫੀ ਦੇ ਖੋਏ ਦੇ ਜਿਹੜੇ ਪੇੜੇ ਸੀਗੇ ਅਸੀਂ ਉਹ ਖਵਾਏ ਗਏ, ਡਾਕਟਰ ਵੀ ਮੰਨ ਗਈ ਵੀ ਕਿਆ ਬਾਤ ਆ ਵੀ ਮੁੰਡੇ ਵਾਲਿਆਂ ਨੇ ਤਾਂ ਇੱਥੇ ਕੁਛ ਵੀ ਨਹੀਂ ਕੀਤਾ, ਇਕੱਲੀ ਇਕੱਲੀ ਨਰਸ ਨੂੰ ਅਸੀਂ ਸ਼ਗਨ ਦਿੱਤਾ, ਔਰ ਇਹਦੀ ਮਤਲਬ ਅਸੀਂ ਖੁਸ਼ੀ ਮਨਾਈ ਕਿਉਂਕਿ ਅਸੀਂ 4 ਬ੍ਰਦਰ ਸੀਗੇ, ਸਾਡੇ ਲੜਕੀ ਹੈਣੀ ਸੀ, ਭੈਣ ਹੈਣੀ ਸੀ, ਔਰ ਸਾਡਾ ਮਤਲਬ ਇਹ ਸੀਗਾ, ਸਾਡੀ ਮਾਤਾ ਦਾ ਇਹ ਹੁੰਦਾ ਸੀ, ਸਾਡੇ ਪਿਤਾ ਜੀ ਦਾ ਵੀ ਇਹ ਹੁੰਦਾ ਸੀ ਵੀ ਇੱਕ ਲੜਕੀ ਸਾਡੇ ਪਰਿਵਾਰ 'ਚ ਆਵੇ, ਤਾਂ ਉਹ ਲੜਕੀ ਇਹ ਸਾਡੇ ਪਰਿਵਾਰ 'ਚ ਆਈ, ਤਾਂ ਅੱਜ ਇਹਨੇ ਸਾਡਾ ਮਤਲਬ ਨਾਂ ਰੋਸ਼ਨ ਕੀਤਾ, ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ, ਔਰ ਬਠਿੰਡਾ ਵਾਸੀਆਂ ਦਾ ਨਾਂ ਰੋਸ਼ਨ ਕੀਤਾ, ਠੀਕ ਆ, ਜਿਹੜੀ ਇਹ ਆਪਦੇ
मुकाम ते पहुंची है ते सफलता नाल आपदी आपे आई है, कोई ये किसी का मतलब साडा मतलब इन पढ़ाने तक सागा आपके कंपीटिशन इन्हें मतलब आपकी मल आपे मारी है। ठीक है, वो ये मेहनत का नतीजा ज गुरु साहब का गुरु नानक देव जी का असं शुक्रगुजार हाँ जिन्होंने साडा हर पल पल ते साथ दिता, पल पल ते वो साडे नाल खड़े है, जिथे भी इन्हें अरदास की असी की है तो उन्होंने साडी अरदास मंजूर की, असी शुक्रगुजार हाँ। साडे कोल होर कोई शब्द नहीं है जो असी बयान कर सकीए, पर साडा जिहड़ा हिरदा वह मतलब गद गद होया पिया गा। ठीक है, गद गद पुछो ना भी मतलब बहुत खुशी है, लगता भी जेडी इन्ने साल पहला फसल बीजी सी ओदा अज थानू जेड़ा हैगा नतीजा साडे सामने आ तुहाडे सामने आ बीबा जी। ठीक है, पर सानू खुशी भी आ, माण महसूस करदे आ, सारी फैमिली माण महसूस करदी आ, और साडी जेडी पीढ़ी आ इन्हे बदलती जी। हाँ मतलब आंटी जी मैं ना खुद देखिया होया कि जदों खास करके जट सिख फैमिली की एक धी पैदा होंदी है ना, तो मैं उन्हां दीआं जिहड़ियां औरतां ने उन्होंने रोंदे हुए देखे हॉस्पिटल दे विच, अखा अखी देखी चीज़ है। जदों जोबन होई सीगी उदों किस तरह का माहौल सीगा घर दे विच? देखो मैम, असी तो पहले ही गुरु साहब वल मतलब ये अरदास करके मंगते सी कि साढ़े घर पिंकी आवे, मेरे ये छोटे चाचू होंदे सी, अज कनेडा बैठे आ, उन्होंने हमेशा कहना हे बाबा नानक साढ़े घर पिंकी आ जाए। तो मैं लगता भी सारे दरदासा जड़िया है बाबे नानक ने सुनिया, साढ़े घर बहुत खुशी का माहौल सी उस टाइम जदों साढ़े घर इस बच्ची ने जन्म लिया। मैं लगता भी जदों असी बच्चे के जन्म वेले खुशी मनाने जिदा कई लड़के होंगे ने खुशी मनाते हैं ना, तो जे आप लड़की के पैदा होने वेले भी इस तरह की खुशी जाहिर करांगे तो वाकई उस बच्ची की जिहड़ी किस्मत है वह लक्की होगी ही। मैं सारिया मावां नूं यही संदेशा दूंगी कि लड़की लड़के च फर्क नहीं समझना चाहिंदा, ते तुसी उन्हां दी ओवें जिहड़ी हैगे पालन पोषण, मैनूं लगदा वी शायद लड़के नूं लड़की दा ज़्यादा पालन पोषण अच्छा करना चाहिंदा, क्योंकि लड़की ओह कुल तार सकदी अपना सब कुछ की नहीं कर सकदी, पंजाब दी लड़की पंजाब दी धी पंजाब दी बच्ची। ते मैनूं तां यही देखो जिवें अज फकर महसूस हो रहा है, ते मैं तां सारियां मावां नूं यही कहूँगी कि खुशी मनानी चाहिए है। जे सच पुछो मैं ये कहनी है भी मेरे दो धियां होनिया सी, हाँ सच्ची कहनी है भी जिहड़ी ये बच्ची है ये भी कहती है भी मेरे एक भैन होनी सी, मैं बाबे नानक दे सामने हाथ जोड़ के कहनी सच्ची कहती है मेरी धी मेरी भैन होनी सी मम्मा, एक असी डिस्कशन करते हैं कोई चीज़ जिहड़ी थोड़े नाल नहीं करते, असी खुश होंगे असी हसते असी खेडते छाला मारते, मैनू भी लगता है भी एक लड़की तो मैनू ओना प्यार घट शायद भी जे दो लड़कियों मैं ज्यादा प्यार मिलता है ना मापियां नूं हुंदा ही है, पर सानू ये तो मतलब पूरा दा पूरा ही मिल रहा है, असी बहुत संतुष्ट हाँ इस बच्ची तो। ते उम्मीद करते हैं कि साडे परिवार का जिहड़ा इन्हें अज नाम रोशन किया है होर भी इनू इस तरह ना भी मतलब कि अच्छे काम करके इमानदारी वाले काम करके साडा होर भी नाम उच्चा करेगी। जोबन ये तुहाडा रूम है? हाँ जी मैम ये मेरा रूम है। और मैनू बड़ी अच्छी गल लगी कि तुसी अपने दादा जी की जिहड़ी तस्वीर है बिल्कुल इदां सामने लगाई हुई है जिथे तुहाडा स्टडी टेबल है ना। जोबन इट इज़ जस्ट अ फर्स्ट स्टैप, दिस इज़ जस्ट द बिगनिंग, तुहाडे ते हजे रिस्पोंसिबिलिटी जज दी आउणी है, अगे की विजन रखते हो की सोचते हो? क्योंकि ये बहुत सेंसिटिव जॉब भी है और बहुत जिम्मेवारी वाली जॉब भी है, और जो तुसी अपने आप नूं एक जज की कुर्सी ते बैठे हुए देखते हो ਤਾਂ ਜਿਹੜਾ ਜਸਟਿਸ ਡਿਲੀਵਰ ਕਰਨ ਦਾ ਮੋਟਿਵ ਰਹੇਗਾ ਤੁਹਾਡਾ ਉਹ ਫਿਰ ਕਿਸ ਤਰ੍ਹਾਂ ਤੁਸੀਂ ਦੇਖਦੇ ਹੋ? ਹਾਂਜੀ ਮੈਮ, ਮੇਰਾ ਇਹੀ ਏਮ ਆ ਕਿ ਮੈਂ ਜਸਟਿਸ ਡਿਲੀਵਰ ਕਰਾਂ, ਹੈ ਨਾ, ਪਾਰਟੀਜ਼ ਨੂੰ ਪ੍ਰੋਪਰ ਸੁਣਿਆ ਜਾਵੇ, ਐਂਡ ਜਿੱਥੋਂ ਤੱਕ ਲੋਕ ਮੈਥੋਂ ਉਮੀਦ ਕਰਨ ਉਹਨਾਂ ਦੀਆਂ ਮੈਂ ਉਮੀਦਾਂ 'ਤੇ ਖਰੀ ਉਤਰਾਂ, ਮੇਰੀ ਇਹੀ ਕੋਸ਼ਿਸ਼ ਰਹੂਗੀ, ਐਂਡ ਆਈਲ ਟਰਾਈ ਕਿ ਮੈਂ ਆਪਦਾ ਬੈਸਟ ਦੇਵਾਂ ਇਸ ਇੰਸਟੀਟਿਊਸ਼ਨ ਨੂੰ ਸਰਵ ਕਰਾਂ, ਐਂਡ ਬਾਕੀ ਇਹ ਆ ਕਿ ਮੇਰੀ ਇਹੀ ਕੋਸ਼ਿਸ਼ ਰਹੂਗੀ ਕਿ ਜਿਹੜੇ ਗਰੀਬ ਲੋਕ ਨੇ ਮੈਂ ਉਹਨਾਂ ਦੀ ਸੇਵਾ ਕਰਾਂ, ਐਂਡ ਆਈਲ ਟਰਾਈ ਕਿ ਮੈਂ ਉਹਨਾਂ ਨੂੰ ਆਪਦੇ ਨੋਟਸ ਪ੍ਰੋਵਾਈਡ ਕਰਾਂ, ਜੀਰੋਕਸ ਨੋਟਸ ਪ੍ਰੋਵਾਈਡ ਕਰਾਂ, ਮੇਰੀ ਇਹ ਬਹੁਤ ਹੀ ਖੁਆਇਸ਼ ਹੈ ਕਿ ਮੈਂ ਉਹਨਾਂ ਦੀ ਸੇਵਾ ਕਰਾਂ ਜੀ। ਹਾਂਜੀ, ਥੈਂਕ ਯੂ ਸੋ ਮਚ ਜੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ। ਸਾਡੇ ਨਾਲ ਹਰਜੋਬਨ ਗਿੱਲ ਸੀ ਜੋ ਕਿ ਹਾਲ ਹੀ ਦੇ ਵਿੱਚ
PCS ਦਾ ਇਹਨਾਂ ਨੇ ਇਗਜ਼ਾਮ ਕਲੀਅਰ ਕੀਤਾ ਹੈ, ਜੱਜ ਬਣ ਜਾ ਰਹੇ ਨੇ ਬਹੁਤ ਹੀ ਜਲਦੀ, ਔਰ ਉਹਨਾਂ ਦੇ ਪੇਰੈਂਟਸ ਵੀ ਸਾਡੇ ਨਾਲ ਮੌਜੂਦ ਸੀਗੇ। ਬਹੁਤ ਮਾਣ ਵਾਲੀ ਗੱਲ ਹੈ ਇਹ ਬਠਿੰਡੇ ਦੇ ਲਈ, ਪੂਰੇ ਪੰਜਾਬ ਦੇ ਲਈ, ਕਿਉਂਕਿ ਖਾਸ ਕਰਕੇ ਬਠਿੰਡਾ ਤੋਂ 6 ਲੜਕੀਆਂ ਜਿਹੜੀਆਂ ਨੇ ਉਹ ਇਸ ਇਗਜ਼ਾਮ ਨੂੰ ਉਹਨਾਂ ਨੇ ਕਲੀਅਰ ਕੀਤਾ ਹੈ। ਬਠਿੰਡਾ ਇੱਕ ਵਾਰੀ ਅਜਿਹਾ ਸਮਾਂ ਸੀਗਾ ਜਦੋਂ ਇੱਥੇ ਭਰੂਣ ਹੱਤਿਆ ਬਹੁਤ ਹੋ ਰਹੀ ਸੀਗੀ, ਲੜਕੀਆਂ ਦੀ ਭਰੂਣ ਹੱਤਿਆ ਬਹੁਤ ਜ਼ਿਆਦਾ ਹੋ ਰਹੀ ਸੀ, ਔਰ ਉਸ ਵੇਲੇ ਹਰਸਿਮਰਤ ਕੌਰ ਬਾਦਲ ਜੀ ਨੇ ਇੱਕ ਬੀੜਾ ਚੁੱਕਿਆ। ਉਹਨਾਂ ਨੇ ਨੰਨੀ ਛਾਂ ਮੁਹਿੰਮ ਦੀ ਸ਼ੁਰੂਆਤ ਕੀਤੀ, ਔਰ ਉਸ ਵੇਲੇ 2009 ਦੇ ਵਿੱਚ ਉਹਨਾਂ ਦਾ ਇਹ ਲਗਾਇਆ ਰੁੱਖ, ਅਤੇ ਅੱਜ ਦੇਖੋ ਕਿੰਨਾ ਘਣਾ ਹੋ ਗਿਆ, ਔਰ ਕਿੰਨੀਆਂ ਨੰਨੀਆਂ ਛਾਵਾਂ ਤੁਸੀਂ ਦੇਖ ਲਓ ਵੀ ਅੱਜ ਇੱਕ ਘਣਾ ਦਰਖਤ ਬਣ ਕੇ ਉੱਭਰ ਰਹੀਆਂ ਨੇ, ਔਰ ਕੋਈ ਜੱਜ ਬਣ ਰਿਹਾ ਹੈ, ਕੋਈ ਅਵਨੀਤ ਸਿੱਧੂ ਇੱਥੋਂ ਹੈਗੇ ਨੇ, ਉਹ PPS ਨੇ, SSP, ਉਹਨਾਂ ਨੇ ਵੀ ਜੋ ਓਲੰਪੀਅਨ ਨੇ ਬੜਾ ਨਾਮ ਰੋਸ਼ਨ ਕੀਤਾ। ਬੜਾ ਪ੍ਰਾਊਡ ਫੀਲ ਹੁੰਦਾ ਕਿ ਅਸੀਂ ਬਠਿੰਡਾ ਤੋਂ, ਔਰ ਬਠਿੰਡਾ ਨੂੰ ਇੱਕ ਸਮਾਂ ਸੀ ਬੈਕਵਰਡ ਵੀ ਕਿਹਾ ਜਾਂਦਾ ਸੀ, ਪਰ ਹੁਣ ਲੈਟ ਮੀ ਟੈਲ ਯੂ, ਬਠਿੰਡਾ ਇਜ਼ ਨੋ ਮੋਰ ਬੈਕਵਰਡ। ਧੰਨਵਾਦ।